mere fiance Gurbaksh Chahal ji and yeah kado 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 fir sare nu matlab dekhne nu milega tusi matlab marriage kado tak it's october chah okay taiyari rakhyo bhai marriage te main bulaunga ke nahi bulaunga sare nu tusi dekh rahe ho punjab tak main ho tade naal prince tagar assi most talented artist de naal khade ha jinna nu introduce karna mainu nahi lagda ki shayad zaruri hovega kyunki sare ਪਛਾਣਦੇ ਨੇ ਰੁਬੀਨਾ ਬਾਜਵਾ ਜੀ ਜਿਨ੍ਹਾਂ ਦੀ ਵੱਡੇ ਸਿਸਟਰ ਨੂੰ ਤੁਸੀਂ ਦੇਖਿਆ ਕਿ ਪੰਜਾਬੀ ਫਿਲਮਾਂ ਦਾ ਦੌਰ ਉਹਨਾਂ ਨੇ ਸ਼ੁਰੂ ਕੀਤਾ ਹਰਭਜਨ ਮਾਨ ਹੋਰਾਂ ਦੇ ਨਾਲ ਫਿਲਮਾਂ 'ਚ ਕੰਮ ਕਰਕੇ ਨੀਰੂ ਬਾਜਵਾ ਜੀ ਨੇ ਤੇ ਅੱਜ ਗੱਲਬਾਤ ਕਰਾਂਗੇ ਮੈਡਮ ਦੇ ਨਾਲ ਤੇ ਗੱਲਬਾਤ ਕਰਾਂਗੇ ਨਵੀਂ ਫਿਲਮ ਆ ਰਹੀ ਹੈ ਤੇਰੀ ਮੇਰੀ ਗੱਲ ਬਣ ਗਈ ਮੈਮ ਕਿਵੇਂ ਦਾ ਸੀਗਾ ਐਕਸਪੀਰੀਅੰਸ ਜੇ ਮੈਂ ਗੱਲ ਕਰਾਂ ਤੁਹਾਡੀ ਪਹਿਲੀ ਫਿਲਮ ਸਰਗੀ ਦੀ ਤੇ ਸਰਗੀ ਦੇ ਵਿੱਚ ਤੁਸੀਂ ਬਹੁਤ ਹੀ ਮਤਲਬ ਨਾ ਸ਼ਾਂਤ ਸੁਭਾਅ ਦੇ ਜਿਵੇਂ ਮਾਪਿਆਂ ਨੇ ਕਿਹਾ ਕਿ ਹਾਂ ਵਿਆਹ ਕਰਕੇ ਬਾਹਰ ਚਲੇ ਜਾਓ ਤੇ ਇਹਦੇ ਵਿੱਚ ਬੜੇ ਤੁਸੀਂ ਸ਼ੈਤਾਨੀ ਦਿਮਾਗ ਕਹਿ ਸਕਦੇ ਹੋ ਵਿਆਹ ਲਈ ਜੁਗਾੜ ਲਗਾ ਰਹੇ ਹੋ ਕਿਵੇਂ ਦਾ ਰਿਹਾ ਹਾਂਜੀ ਵਧੀਆ ਰਿਹਾ ਕਿਉਂਕਿ ਐਜ਼ ਐਨ ਐਕਟਰ ਵਧੀਆ ਇਟਸ ਅ ਗ੍ਰੇਟ ਫੀਲਿੰਗ ਆ ਵੈਨ ਯੂ ਕੈਨ ਪਲੇ ਡਿਫਰੈਂਟ ਕੈਰੈਕਟਰਸ ਐਂਡ ਰੋਲਸ ਸੋ ਐਕਸਪੀਰੀਅੰਸ ਪਰ ਬਹੁਤ ਹੀ ਵਧੀਆ ਸੀ ਸਪੈਸ਼ਲੀ ਪ੍ਰੀਤੀ ਮੈਮ ਜੀ ਦੇ ਨਾਲ ਕੰਮ ਕਰਕੇ ਐਂਡ ਸ਼ੀ ਇਜ਼ ਅ ਲੈਜੈਂਡ ਐਂਡ you know and I think kyunki wo female hai so very it was she made me feel very comfortable the unhone bahut hi like she made me like believe in myself ki main kar sakti hu so badhiya ek keh sakte hain ki ek maa wala pyar jidda kai pamper karde ne hai na oda unhone kita mam jive aap hun gal karde hain ki filmaan di gal kar rahe hain tuhadiyan puraniyan filmaan aiyan eh film aari de vich akhil de naal tusi kam kar rahe ho pehli var kam kar rahe ne te oh vi na bade shant subha de lagde ne jidda gaane unna de aunde ne ki oh sachi nahi ne ਅਸੀਂ ਇਹ ਵੀ ਪੁੱਛਣਾ ਚਾਹ ਰਹੇ ਸੀ ਸੋ ਅਖਿਲ ਇਸ ਯੂ نو ਮੇਰੇ ਹੀ ਇਸ ਅ ਡੀਅਰ ਫਰੈਂਡ ਬਟ ਉਹ ਬਹੁਤ ਸ਼ਾਂਤ ਨਹੀਂ ਹਿਸ ਐਕਸ਼ਨਸ ਔਨ ਦੀ ਪਰਸਨੈਲਿਟੀ ਬਹੁਤ ਫਨੀ ਆ ਹੀ ਇਸ ਅ ਰੀਲੀ ਨਾਈਸ ਪਰਸਨੈਲਿਟੀ ਆਊਟਗੋਇੰਗ ਪਰਸਨੈਲਿਟੀ ਬਟ ਉਹ ਬਹੁਤ ਫੋਕਸਡ ਵੀ ਆ ਔਨ ਸੈਟ ਐਂਡ ਸੋ ਉਹਨਾਂ ਨੂੰ ਪਤਾ ਕਿ ਯੂ نو ਵੈਨ ਟੂ ਬੀ ਸੀਰੀਅਸ ਐਂਡ ਵੈਨ ਟੂ ਬੀ his loud self and have fun so both badhiya reho ha sab mazaa kuch badhiya reha badhiya reha so assi ummeed karde ha film vi edda hi madam badhiya rahegi te set de utte koi shararat baji aa samjha ki hunda hona ta apna inna ta nahi kita but I would say ki ha apna enjoy te kita na kyunki both hi there was lots of actors on set too but koi shararat ya pranks aur kuch ta nahi kita but ha there was ronak was on the set ਸੋ ਮੈਮ ਜਿਵੇਂ ਤੁਹਾਡੀ ਵੱਡੀ ਸਿਸਟਰ ਨੇ ਨੀਰੂ ਬਾਜਵਾ ਮੈਮ ਨੇ ਉਹਨਾਂ ਨੇ ਪੰਜਾਬੀ ਫਿਲਮਾਂ ਦਾ ਦੌਰ ਸ਼ੁਰੂ ਕੀਤਾ ਜਦੋਂ ਇੱਕ ਟਾਈਮ ਤੇ ਕਹਿ ਸਕਦੇ ਹਾਂ ਕਿ ਥੋੜਾ ਪੰਜਾਬੀ ਫਿਲਮਾਂ ਡਾਊਨ ਸੀਗਾ ਤੇ ਹਰਭਜਨ ਮਾਨ ਹੋਰਾਂ ਨਾਲ ਉਹਨਾਂ ਦੀਆਂ ਫਿਲਮਾਂ ਆਈਆਂ ਕਿ ਉਹਨਾਂ ਨੂੰ ਦੇਖ ਕੇ ਤੁਸੀਂ ਐਕਟਿੰਗ ਦੇ ਵਿੱਚ ਆਏ ਕਿ ਨਹੀਂ ਜੀ ਸ਼ੁਰੂ ਤੋਂ ਹੀ ਸੀਗਾ ਤੁਹਾਡਾ ਕਿ ਹਾਂ ਵੀ ਮੈਂ ਐਕਟਿੰਗ ਦੇ ਵਿੱਚ ਆਉਣਾ ਹੈ ਥੋੜਾ ਜਿਹਾ ਮਨ ਸੀ ਮੇਰੇ ਕਿ ਮੈਂ ਐਕਟਿੰਗ 'ਚ ਜਾਣਾ ਕਿਉਂਕਿ ਬਚਪਨ ਤੋਂ ਜਦੋਂ ਵੀ ਲਾਈਕ ਜਦੋਂ ਮੇਰੀ ਸਿਸਟਰ ਨੇ ਸਟਾਰਟ ਕੀਤੀ ਸੀ ਐਕਟਿੰਗ ਮੈਂ ਹਮੇਸ਼ਾ ਸੈਟ ਤੇ ਹੀ ਰਹਿੰਦੀ ਸੀ ਬਟ ਉਹਨੇ ਮੈਨੂੰ ਯੂ نو ਉਹ ਪੁਸ਼ ਦਿੱਤਾ ਕਿ ਤੂੰ ਕਰ ਸਕਦੀ ਆ ਲਾਈਕ ਤੂੰ ਯੂ نو ਟ੍ਰਾਈ ਕਰ ਸੋ ਇਟ ਵਾਸ 50-50 ਤੇ ਪੁਸ਼ ਕੀਤਾ ਤੂੰ ਡਾਂਟ ਉੱਤੇ ਵੀ ਤੇ ਹੋਣੇ ਤੂੰ ਇੱਥੇ ਆ ਸੀਨ ਗਲਤ ਤਾਂ ਨਹੀਂ ਕੀਤਾ ਇੱਥੇ ਐਕਟਿੰਗ ਨਹੀਂ ਸਹੀ ਕਰੀ ਨਹੀਂ ਉਹ ਡਾਂਟ ਤਾਂ ਨਹੀਂ ਦਿੰਦੇ ਪਰ ਉਹ ਫੀਡਬੈਕ ਤੇ ਦਿੰਦੇ ਨੇ ਲਾਈਕ ਜੇ ਕੁਝ ਵਧੀਆ ਲੱਗਦਾ ਉਹ ਦੱਸ ਦਿੰਦੇ ਆ ਪਰ ਜੇ ਕੁਝ ਨਹੀਂ ਵਧੀਆ ਲੱਗੇ ਕਿ ਉਹ ਯੂ نو ਸੀ ਇਸ ਉੱਤੇ ਇੰਪਰੂਵ ਕਰ ਸਕਦੇ ਹੋ ਦੈਨ ਸ਼ੀ ਆਲਵੇਸ ਗਿਵ देयर ਫੀਡਬੈਕ ਬਟ ਨਾਟ ਇਨ ਐਕਟਿੰਗ ਜਸਟ ਇਵਨ ਐਸ ਅ ਪਰਸਨ ਬਿਲਕੁਲ ਬਿਲਕੁਲ ਹਿਊਮਨ ਬੀਇੰਗ ਵੀ ਚਲੋ ਇੱਕ ਸਿਸਟਰ ਨੇ ਨਾ ਸਿਸਟਰ ਵੀ ਕਹਿੰਦੇ ਜਿੱਦਾਂ ਆਪਾਂ ਵੱਡੇ ਭਰਾਵਾਂ ਕਹਿੰਦੇ ਪਿਓ ਬਰਾਬਰ ਵੱਡੀਆਂ ਭੈਣਾ ਮਾਂ ਬਰਾਬਰ ਹੁੰਦੀਆਂ ਨੇ ਤੇ ਉਹ ਤਾਂ ਹਰ ਚੀਜ਼ ਦੇ ਵਿੱਚ ਦਿੰਦੇ ਨੇ ਤੇ ਮੈਮ ਤੇਰੀ ਮੇਰੀ ਗੱਲ ਬਣ ਗਈ ਤੇ ਸੁਣਨ ਚ ਆ ਰਿਹਾ ਸੀਗਾ ਰੀਅਲ ਲਾਈਫ ਦੇ ਵਿੱਚ ਤੁਹਾਡੀ ਗੱਲ ਬਣਨ ਵਾਲੀ ਹੈ ਜਲਦੀ ਬਣ ਚੁੱਕੀ ਹੈ ਉਹਦੇ ਬਾਰੇ ਥੋੜਾ ਜਿਹਾ ਪਲੀਜ਼ ਹਾਂਜੀ ਮੇਰੇ ਫਿਆਂਸੇ ਗੁਰਬਖਸ਼ ਚਾਹਲ ਜੀ ਐਂਡ ਯਾ ਕਦੋਂ 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 ਫਿਰ ਸਾਰਿਆਂ ਨੂੰ ਮਤਲਬ ਦੇਖਣ ਨੂੰ ਮਿਲੇਗਾ ਤੁਸੀਂ ਮਤਲਬ ਮੈਰਿਜ ਕਦੋਂ ਤੱਕ ਇਟਸ ਅਕਟੋਬਰ ਚਾਹ ਓਕੇ ਤਿਆਰੀ ਰੱਖਿਓ ਬਈ ਮੈਰਿਜ ਤੇ ਮੈਂ ਨਾ ਬੁਲਾਉਂਗੇ ਕਿ ਨਹੀਂ ਬੁਲਾਉਂਗੇ ਸਾਰਿਆਂ ਨੂੰ ਕੈਨੇਡਾ ਕਿ ਇੰਡੀਆ ਦੇ ਵਿੱਚ ਕਰਨੀ ਓ ਵੈਨਿਊ ਤਾਂ ਦੱਸ ਦੋਨੇ ਨਟਖਟ ਸੁਭਾਅ ਦੀਆਂ ਹੋ ਗਈਆਂ ਤੇ ਪੁਰਾਣੀਆਂ ਫਿਲਮਾਂ ਜਿਸ ਤਰ੍ਹਾਂ ਦੀਆਂ ਹੁੰਦੀਆਂ ਸੀ ਜਿਵੇਂ ਪ੍ਰੀਤੀ ਸਪਰੂ ਮੈਮ ਦੀਆਂ ਪੁਰਾਣੀਆਂ ਫਿਲਮਾਂ ਦੇਖ ਲਓ ਤੇ ਉਸ ਫਿਲਮਾਂ ਦਾ ਦੌਰ ਤੇ ਇਸ ਫਿਲਮਾਂ ਦਾ ਦੌਰ ਤੁਸੀਂ ਕਿਸ ਤਰ੍ਹਾਂ ਸਮਝਦੇ ਹੋ ਸੀ ਮੈਂ ਬਹੁਤ ਹੀ ਪੁਰਾਣੀ ਫਿਲਮਸ ਵੀ ਦੇਖਦੀ ਆ ਤੇ ਆਈਵ ਸੀਨ ਆਲ ਦ ਫਿਲਮਸ ਲਾਈਕ 70s 80s 90s
ਪਰ ਆਈ ਥਿੰਕ ਵਧੀਆ ਕਿ ਯੂ نو ਕਿ ਚੇਂਜਸ ਆ ਰਹੇ ਨੇ ਐਂਡ ਨਵੀਂ ਨਵੀਂ ਸਟੋਰੀਜ਼ ਵੀ ਗੈਟ ਟੂ ਸੀ ਐਂਡ ਆਈ ਥਿੰਕ ਚੇਂਜ ਜ਼ਿੰਦਗੀ ਚ ਵਧੀਆ ਸੋ ਫਿਲਮਸ ਵਿਚ ਵੀ ਠੀਕ ਹੈ ਇਟਸ ਗੁੱਡ ਹੈ ਨਾ ਟੂ ਐਂਟਰਟੇਨ ਆਰ ਆਡੀਅנס ਸੋ ਮੈਮ ਇੱਕ ਨਾ ਇੱਕ ਦੌਰ ਜਿਹਾ ਚੱਲਿਆ ਹੋਣੀ 2-4 ਮਹੀਨੇ ਦੇ ਵਿੱਚ ਕਿ ਪੰਜਾਬੀ ਇੰਡਸਟਰੀ ਤੇ ਕਿ ਨਜ਼ਰ ਲੱਗ ਗਈ ਕਹਿ ਲਓ ਆਪਾਂ ਕਈ ਆਰਟਿਸਟ ਮੈਂ ਨਾਮ ਨਹੀਂ ਲੈਣਾ ਚਾਹਾਂਗਾ ਕਈ ਆਰਟਿਸਟ ਦੁਨੀਆ ਤੋਂ ਚਲੇ ਗਏ ਨੇ ਕੁਛ ਇਸ ਤਰ੍ਹਾਂ ਦੇ ਮਿਸ ਹੈਪਨਿੰਗ ਜਿਹਨੂੰ ਕਹਿੰਦੇ ਨੇ ਉਹਨੂੰ ਕਿਸ ਤਰ੍ਹਾਂ ਤੁਸੀਂ ਦੇਖਦੇ ਹੈਗੇ ਹੋ ਕਿ ਰੁਬੀਨਾ ਬਾਜਵਾ ਕਿਵੇਂ ਇੰਨੇ ਫਿਟ ਰਹਿੰਦੇ ਨੇ ਮੈਂ ਬੈਲੈਂਸ ਕਰਦੀ ਆ ਪਰ ਮੈਂ ਖਾਂਦੀ ਵੀ ਬਹੁਤ ਜ਼ਿਆਦਾ ਪਰ ਮੈਂ ਦੇਖਦੀ ਨਹੀਂ ਪਰ ਮੈਂ ਵਰਕਆਊਟ ਵੀ ਕਰਦੀ ਆ ਐਂਡ ਆਮ ਹੈਪੀ ਸਭ ਤੋਂ ਜ਼ਿਆਦਾ ਪੋਜ਼ਿਟਿਵ ਵਾਈਬਸ ਬੀ ਕਾਈਂਡ ਰੁਬੀਨਾ ਬਾਜਵਾ ਜਿਨ੍ਹਾਂ ਦੀ ਨਵੀਂ ਫਿਲਮ ਆ ਰਹੀ ਹੈ ਤੇਰੀ ਮੇਰੀ ਗੱਲ ਬਣ ਗਈ ਤੇ ਤੁਸੀਂ ਜ਼ਰੂਰ ਸਿਨੇਮਾ 'ਚ ਦੇਖਣ ਜਾਓ ਜਿਨ੍ਹਾਂ ਦੇ ਨਾਲ ਪੰਜਾਬੀ ਇੰਡਸਟਰੀ ਦੇ ਲੈਜੈਂਡ ਕੰਮ ਕਰ ਰਹੇ ਨੇ ਮੈਡਮ ਪ੍ਰੀਤੀ ਸਪਰੂ ਗੁੱਗੂ ਗਿੱਲ ਭਾਜੀ ਤੇ ਬਾਕੀ ਹੋਰ ਸੀਨੀਅਰ ਆਰਟਿਸਟ ਨੇ ਇੱਕ ਨਵੀਂ ਤੁਹਾਨੂੰ ਫਿਲਮ ਤੇ ਨਵਾਂ ਕਨਸੈਪਟ ਦੇਖਣ ਨੂੰ ਮਿਲੇਗਾ ਤੇ ਤੁਸੀਂ ਦੇਖਦੇ ਰਹੋ ਪੰਜਾਬ ਤੱਕ